ਬਲਬੀਰ ਕੌਰ ਸੰਘੇੜਾ ਕੈਨੇਡਾ ਵਾਸੀ ਦੀ ਕਹਾਣੀ ਹੈ ਆਖਿਰ ਉੱਜਿਤ ਗਿਆ ਤ੍ਰੇਲਪਜੀ ਸਵੇਰ ਵੇਲੇ ਡੋਰ ਬੈਲ ਦੀ ਘੰਟੀ ਦਾ ਤਾਲ ਤਬਲਾ ਸੀ ਡਰਸਿੰਗ ਗਾਉ ਨੂੰ ਸਵਾਰਦਿਆਂ ਹੋਇਆਂ ਮੈਂ ਦਰ ਖੋਲਣ ਤੁਰ ਪਈ ਦਰ ਦੇ ਸ਼ੀਸ਼ੇ ਵਿੱਚ ਇੱਕ ਆਕਾਰ ਨਜ਼ਰ ਆ ਰਿਹਾ ਸੀ ਪਰ ਪਛਾਤਾ ਨਹੀਂ ਸੀ ਜਾ ਰਿਹਾ ਬੂਹਾ ਖੋਲਿਆ ਅੱਗੇ ਕੁਲਦੀਪ ਖੜਾ ਸੀ ਸਿਰ ਨੀਵਾਂ ਕਰੀ ਸਮੇਂਨਾ ਮੇਰੇ ਮਗਰ ਭੱਜੀ ਆਈ ਉੱਦੇ ਦਿਨ ਕਾਲਜ ਜਾਣ ਵਾਸਤੇ ਤਿਆਰ ਸੀ ਉਹ ਮੇਰੇ ਵੱਲ ਘੂਰੀ ਵਟ ਕੇ ਤੱਕਦੀ ਐ ਤੇ ਫਿਰ ਸਿਰ ਘੁਮਾ ਕੇ ਦੂਜੇ ਬੰਨੇ ਦਰ ਤੇ ਖੜੇ ਆਪਣੇ ਡੈਡੀ ਵੱਲ ਉਹਦੀ ਨਜ਼ਰ ਘੁੰਮਦੀ ਹੋਈ ਮੇਰੇ ਤੇ ਆਨ ਟਿਕੀ ਧੀ ਨਾਲ ਨਜ਼ਰ ਮਿਲਾਉਣ ਦਾ ਜੇਰਾ ਮੈਥੋਂ ਨਹੀਂ ਪੈ ਰਿਆ ਉਹ ਮੇਰੇ ਵੱਲ ਤੱਕਦੀ ਹੋਈ ਬਿਨਾ ਬੋਲੇ ਮੂੰਹ ਨੂੰ ਵਟਾ ਜਿਆ ਦਿੰਦੀ ਹੋਈ ਧੜਮ ਧੜਮ ਪੌੜੀਆਂ ਚੜ ਜਾਂਦੀ ਐ ਤੇ ਉਹਦੇ ਪਲੈਟਫਾਰਮ ਸੈਂਡਲ ਮੇਰੇ ਸਿਰ 'ਚ ਠਕ ਠਕ ਕਰਕੇ ਵੱਜਦੇ ਹਨ ਮੈਂ ਝੂਠੀ ਜੀ ਹੋਈ ਖੜੀ ਆਂ ਬਾਰ ਦਰਤੇ ਖੜੀ ਆਪਣੇ ਆਦਮੀ ਨੂੰ ਤੱਕਦੀ ਤੇ ਮਨ ਅੰਦਰ ਜਿਵੇਂ ਕਿਸੇ ਡਰ ਦਾ ਤੋਖਲਾ ਹੋਵੇ ਮੈਨੂੰ ਆਪਣੀ ਹੋਂਦ ਮਿੱਟੀ 'ਚ ਦੱਸਦੀ ਜਾਪਦੀ ਹੈ ਮੇਰੀ ਜ਼ੁਬਾਨ ਨੂੰ ਜੰਦਰਾ ਲੱਗਿਆ ਹੈ ਕੱਚੀਆਂ ਤਰੇਲੀਆਂ ਨੂੰ ਮੈਂ ਆਪਣੇ ਆਪ ਤੋਂ ਲੁਕਾਉਂਦੀ ਆਂ ਨਜ਼ਰ ਪੌੜੀਆਂ ਚੜੀ ਜਾਂਦੀ ਧੀ ਦਾ ਪਿੱਛਾ ਕਰਦੀ ਹੈ ਤੇ ਫਿਰ ਮੁੜ ਕੇ ਘਰ ਦੇ ਅੰਦਰ ਵੱਲ ਨੂੰ ਘੁੰਮ ਜਾਂਦੀ ਹੈ ਅੰਦਰੋਂ ਦੂਸਰੀ ਆਵਾਜ਼ ਮੇਰੇ ਪੁੱਤਰ ਜੇਸਨ ਦੀ ਮੇਰੇ ਕੰਨੀਆਂ ਪੈਂਦੀ ਹੈ ਕੌਣ ਹੈ ਮਮ ਕਿਸਨੇ ਡੋਰ ਬੈਲ ਕੀਤੀ ਹੈ ਹੋਜ਼ੈਡ ਦਿਸ ਅਲੀ ਸੁਆਲਾਂ ਦੇ ਵਿਚਾਰ ਜਿਵੇਂ ਮੇਰੇ ਕੰਨਾਂ 'ਚ ਢੋਲ ਵਜਾ ਰਹੀ ਹੋਵੇ ਥਿਸ ਅਰਲੀ ਪੂਰੇ 10 ਵਜਣ ਵਾਲੇ ਹਨ ਦੁਪਹਿਰਾ ਸਿਰ ਤੇ ਹੈ ਮੱਸਾ ਮੇਰੇ ਮੂੰਹ ਨਿਕਲਦਾ ਕੋਈ ਨਹੀਂ ਤੁਹਾਡੇ ਡੈਡ ਹਨ ਆਖਦੇ ਹਨ ਜਿਵੇਂ ਮੈਂ ਆਪਣਾ ਲੱਬ ਆਪ ਲੰਘਾਉਣ ਦੀ ਕੋਸ਼ਿਸ਼ ਕਰਦੀ ਆ ਪਰ ਮਹਿਸੂਸ ਹੁੰਦਾ ਜਿਵੇਂ ਮੇਰਾ ਮੂੰਹ ਅੰਦਰੋਂ ਸੁੱਕ ਗਿਆ ਹੋਵੇ ਆਵਾਜ਼ ਮਰੀ ਜਿਹੀ ਨਿਕਲੀ ਹੋਵੇ ਵਾਟ ਡਸ ਹੀ ਵਾਂਟ ਜੈਸਨ ਅੰਦਰੋਂ ਭਜਿਆ ਹੁੰਦਾ ਰੋ ਉਹਦੇ ਜਿਸਮ 'ਚ ਤਣ ਗਿਆ ਹੈ ਭਵਾਂ ਦਾ ਤਣਾਅ ਸਾਫ਼ ਨਜ਼ਰ ਆ ਰਿਹਾ ਹੈ ਮੈਂ ਦੋ ਪੁੜਾਂ ਵਿਚਾਲੇ ਜਿਵੇਂ ਪੀਸੀ ਜਾ ਰਹੀ ਹਾਂ this man is not our father ਇਹਨੂੰ ਕਹੋ ਇੱਥੋਂ ਚਲਿਆ ਜਾਏ ਮੈਂ ਇਹਦੀ ਸ਼ਕਲ ਵੀ ਨਹੀਂ ਦੇਖਣੀ ਮੰਗਦਾ ਮੇਰੀ ਨਜ਼ਰ ਧਰਤੀ 'ਚ ਗੱਡੀ ਹੋਈ ਹੈ ਮੁੰਡੇ ਦੇ ਇਸ ਵਿਹਾਰ ਨਾਲ ਮੇਰੇ ਅੰਦਰਲਾ ਗੁੱਸਾ ਅੰਦਰ ਹੀ ਦਰਿਆ ਦੀ ਤਰ੍ਹਾਂ ਵਗ ਰਿਹਾ ਹੈ ਸੋਚਦੀਆਂ ਕਿ ਦਰ ਤੇ ਆਏ ਬੰਦੇ ਨੂੰ ਕਿਵੇਂ ਆਖਦੇ ਆਂ ਕਿ ਆਖਰ ਉਹਦੇ ਘਰ ਆਉਣ ਦੇ ਕਾਰਨ ਦਾ ਪਤਾ ਵੀ ਲੱਗਣਾ ਚਾਹੀਦਾ ਇਸ ਦਰਦ ਦੀ ਕਿਵੇਂ ਇਹਨੂੰ ਲੋੜ ਜਾਪੀ ਤੇ ਫਿਰ ਉਹ ਵੀ ਵਰਿਆਂ ਬਾਅਦ ਮੇਰੇ ਅੰਦਰ ਸਵਾਲ ਧਮਾਲ ਮਚਾ ਰਹੇ ਹਨ ਜੇ ਸਾਦਮੀ ਨੂੰ ਆਪਣੇ ਨਿੱਕੇ ਨਿੱਕੇ ਬੱਚੇ ਕਦੀ ਯਾਦ ਨਹੀਂ ਆਏ ਅੱਜ ਜਵਾਨ ਹੋયા ਤੇ ਕੀ ਲੋੜ ਪੈ ਗਈ ਮੇਰੀ ਚੁੱਪ ਦੇਖ ਕੇ ਮੁੰਡਾ ਮੇਰੇ ਵੱਲ ਕੋੜੀ ਅੱਖ ਨਾਲ ਝਾਕਦਾ ਮੈਂ ਕੁਝ ਕਹਿਣਾ ਚਾਹੁੰਦੀ ਆ ਪਰ ਮੇਰੇ ਬੁੱਲ ਫਰਕੇ ਰਹਿ ਜਾਂਦੇ ਹਨ ਆਪਣੀ ਬੇਵੱਸੀ ਤੇ ਮੈਨੂੰ ਤਰਸ ਆਉਂਦਾ ਮਨ ਅੰਦਰ ਇੱਕ ਖਿੱਚੋ ਤਾਨ ਕੋਲ ਕਰ ਰਹੀ ਐ ਸੋਚਦੀ ਆ ਬੱਚੇ ਸੱਚੇ ਹਨ ਪਰ ਮੈਂ ਆਪਣੀ ਥਾਂ ਸ਼ਾਇਦ ਸੱਚੀ ਆ ਫਿਰ ਸੋਚਦੀ ਆ ਕਿ ਮਾਂ ਮਿੱਟੀ ਬਣ ਕੇ ਹੀ ਤਾਂ ਜਿਉਂਦੀ ਐ ਆਪਣੀਆਂ ਖਵਾਇਸ਼ਾਂ ਨੂੰ ਕਿਸੇ ਕਿੱਲੀ ਤੇ ਟੰਕ ਕੇ ਹਰ ਪਲ ਉਹ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਪਹਿਲ ਦਿੰਦੀ ਐ ਮੈਂ ਵੀ ਇਹੋ ਕੀਤਾ ਸੀ ਕੁਲਦੀਪ ਨਾਲ ਜੁੜਿਆ ਅਣਜੁੜਿਆ ਰਿਸ਼ਤਾ ਕਈ ਵਾਰੀ ਤ੍ਰੀਖ ਹੁੰਦਾ ਰਿਹਾ ਸੀ ਤੇ ਫਿਰ ਮੈਂ ਜਿਵੇਂ ਰੁੱਖ ਨੂੰ ਪ੍ਰੂਨ ਕਰ ਦੇਈਦਾ ਛਾਂਗ ਦੇਈਦਾ ਇਸ ਤਰ੍ਹਾਂ ਛਾਂਗ ਦਿੱਤਾ ਸੀ ਸ਼ਾਇਦ ਇਹ ਵੀ ਗਲਤ ਐ ਸਿਰਫ ਛਾਂਗ ਨਹੀਂ ਮੈਂ ਵੱਢ ਦਿੱਤਾ ਸੀ ਸ਼ਾਇਦ ਮੈਨੂੰ ਕਰਨਾ ਵੀ ਇਹੋ ਚਾਹੀਦਾ ਸੀ ਦੋ ਪੁੜਾਂ ਵਿਚਾਲੇ ਪਿਸਕੇ ਕੋਈ ਕਿਵੇਂ ਜੀਵੇ ਬੱਚੇ ਨਿੱਕੇ ਸਨ ਉਹਨਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਸੀ ਤੇ ਮੈਂ ਉਸੇ ਨੂੰ ਪਹਿਲ ਦਿੱਤੀ ਸੀ ਮਨ 'ਚ ਇਹ ਸੋਚ ਉਗਦੀਆਂ ਹੀ ਲੱਗਦਾ ਜਿਵੇਂ ਮੇਰੇ ਦਿਮਾਗ ਦੀਆਂ ਨਾੜਾਂ ਵਿੱਚ ਖੂਨ ਫ੍ਰੀਜ਼ ਹੋ ਗਿਆ ਹੋਵੇ ਕਿਸੇ ਨਿਰਣੇ ਤੇ ਪਹੁੰਚਣ ਦਾ ਜਿਵੇਂ ਮੇਰੇ ਅੰਦਰ ਮਨੋਬਲੀ ਨਾ ਰਿਹਾ ਹੋਵੇ ਫਿਰ ਵੀ ਫਰਜ਼ੀ ਜਿਹਾ ਦਰਵਾਜ਼ੇ ਨੂੰ ਪਾਸੇ ਕਰਦੇ ਆਂਖ ਦਿਨੀ ਆ ਦੱਸੋ ਜਿਵੇਂ ਹੋਰ ਕੁਝ ਕਹਿਣਾ ਸੁਣਨਾ ਪਤਾ ਨਾ ਹੋਵੇ ਕੁਲਦੀਪ ਦੀ ਬੰਨੀ ਹੋਈ ਲੱਤ ਗੱਲ 'ਚ ਪਈ ਬਾਹ ਦੇਖ ਕੇ ਮੈਂ ਦੋ ਤਿੰਨ ਰਸਮੀ ਜੇ ਸਵਾਲ ਪੁੱਛ ਗਏ ਕੀ ਕਹਿਣਾ ਹੈ ਕਿਸ ਤਰ੍ਹਾਂ ਆਇਓ ਕੋਈ ਕੰਮ ਇਹ ਵੀ ਜਿਵੇਂ ਕਿਸੇ ਉਪਰੇ ਬੰਦੇ ਨੂੰ ਪੁੱਛੀਦੇ ਹਨ ਜਿਵੇਂ ਦਰ ਤੇ ਕੋਈ ਸੇਲਜ਼ਮੈਨ ਆਇਆ ਹੋਵੇ ਜਾਂ ਕਿਸੇ ਚੈਰਿਟੀ ਲਈ ਚੰਦਾ ਇਕੱਠਾ ਕਰਨ ਐਕਸੀਡੈਂਟs ਹੋਈ ਉਹਦੀ ਇਸ ਹਾਲਤ ਬਾਰੇ ਮੈਥੋਂ ਕੋਈ ਸਵਾਲ ਨਾ ਪੁੱਛਿਆ ਗਿਆ ਪੁੱਛਣ ਦੱਸਣ ਵਾਲਾ ਰਿਸ਼ਤਾ ਹੀ ਨਹੀਂ ਸੀ ਰਿਹਾ वैसे भी सोचਿਆ ਬੱਚਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਕਹਿਣਗੇ ਮਾਂ ਇਸ ਬੰਦੇ ਤੇ ਬੜਾ ਹੈ ਜਾ ਰਿਹਾ ਇਹਨੇ ਤਾਂ ਤੇਰਾ ਹਾਲ ਕਦੇ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਤੈਨੂੰ ਰਹਿਣ ਦਿੱਤਾ ਆਪਣੇ ਰਹਿਮੋ ਕਰਮ ਤੇ ਟੜਫਣ ਲਈ ਪਟਕਣ ਲਈ ਕੁਲਦੀਪ ਨੇ ਰੁਕ ਰੁਕ ਕੇ ਨਜ਼ਰ ਧਰਤੀ ਜੱਗੜ ਕੇ ਕਿਹਾ ਮੈਂ ਅੰਦਰ ਆ ਜਾਵਾਂ ਲੱਤ ਤੋਂ ਉਹਨੇ ਇੱਕ ਪਾਸੇ ਵੱਲ ਨੂੰ ਝੁਕਦਿਆਂ ਹੋਇਆ ਆਪਣੀ ਲੱਤ ਨੂੰ ਦੱਬਿਆ ਵੀ ਸ਼ਿਸ਼ਟਾਚਾਰ ਵੱਜੋਂ ਮੈਂ ਸਿਰ ਹਿਲਾ ਦਿੱਤਾ ਇਹ ਆਖਦਿਆਂ ਹੋਇਆ ਵੀਵੇਂ ਆਲਾ ਦਵਾਲਾ ਛੱਕਿਆ ਜਿਵੇਂ ਮੈਂ ਕੋਈ ਚੋਰੀ ਕਰ ਰਹੀ ਹੁਆ ਬੱਚਿਆਂ ਦੀ ਹੋਂਦ ਦਿਓ ਕਾਦ ਵਾਂਗ ਘਰ ਚ ਮੰਡਲਾ ਰਹੀ ਸੀ ਕੁਝ ਗਾੜਾ ਜਿਹਾ ਹਵਾ ਚ ਰਲ ਕੇ ਸਿਰ ਘੁਮਾਰਿਆ ਸੀ ਤੇ ਉਹ ਅੰਦਰ ਲੰਘ ਆਇਆ ਲੱਤ ਨੂੰ ਘੜੀਸਦਾ ਹੋਇਆ ਉਹਦੇ ਗਲ ਚੋਂ ਮਸਾ ਨਿਕਲਿਆ ਥੈਂਕ ਯੂ ਟੜਮ ਪੈਰ ਅੰਦਰ ਪੈਂਦੇ ਆ ਮੇਰੇ ਅੰਦਰ ਕੁਝ ਹਿੱਲਿਆ ਮੈਂ ਸੋਚ ਰਹੀ ਸਾਂ ਇਸੇ ਘਰ ਦਾ ਮਾਲਕ ਜਿਹਨੂੰ ਅੱਜ ਆਪਣੇ ਟੱਬਰ ਤੋਂ ਅੰਦਰ ਲੰਘਣ ਦੀ ਇਜਾਜ਼ਤ ਮੰਗਣੀ ਪੈ ਰਹੀ ਹੈ। ਮੈਨੂੰ ਯਾਦ ਨਹੀਂ ਕਿ ਉਸ ਵੇਲੇ ਮੈਂ ਤਰਸ ਮੈਨੂੰ ਉੱਥੇ ਆਇਆ ਸੀ ਜਾਂ ਆਪਣੇ ਆਪ ਤੇ ਪਰ ਮੇਰੇ ਅੰਦਰ ਮਧਾਣੀ ਜਈ ਨਾਲ ਕੁਝ ਰੜਕ ਜ਼ਰੂਰ ਹੋਇਆ। ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਸੀ ਜਿਵੇਂ ਇਸ ਘਰ ਦੀ ਹਵਾ ਨਾਲ ਇਸ ਬੰਦੇ ਦੀ ਕੋਈ ਜਾਣ ਪਛਾਣ ਵੀ ਨਾ ਹੀ ਨਾ ਹੋਵੇ। ਇਹ ਭੁੱਲ ਗਿਆ ਹੋਵੇ ਇਸ ਘਰ ਨੂੰ, ਸੁਗੰਧ ਨੂੰ, ਇਸ ਘਰ ਚ ਰਹਿੰਦੇ ਜੀਆਂ ਨੂੰ, ਖੂਨ ਦੀ ਸਾਂਝ ਨੂੰ ਤੇ ਮੇਰੇ ਜਿਸਮ ਦੀ ਮਹਿਕ ਨੂੰ। ਆਪਣਾ ਆਪ ਇਕੱਠਾ ਜਿਆ ਕਰਦਾ ਹੋਇਆ ਕੁਲਦੀਪ ਮੇਰੇ ਕੋਲੋਂ ਦੀ ਲੰਘ ਗਿਆ ਜਿਵੇਂ ਉਹ ਸੀਮਤ ਦਾਇਰੇ ਚ ਰਹਿਣਾ ਚਾਹੁੰਦਾ ਹੋਵੇ ਕੁਝ ਵਰਿਆਂ ਚ ਉਹਦਾ ਜਿਸਮ ਫੁੱਲ ਗਿਆ ਜਾਪਿਆ ਵਾਲ ਚਾਂਦੀ ਰੰਗੀ ਪਾ ਮਾਰਦੇ ਪ੍ਰਦੀਪ ਹੋਏ ਮੈਂ ਦਰਵਾਜ਼ਾ ਬੰਦ ਕਰਕੇ ਕਮਰੇ ਦੇ ਅੰਦਰ ਵੱਲ ਨੂੰ ਉਸ ਤੋਂ ਵੀ ਅੱਗੇ ਹੋ ਤੁਰੀ ਉਹਨੂੰ ਅੰਦਰ ਲੰਘਦਿਆਂ ਦੇਖ ਕੇ ਜੇਸਨ ਫੈਮਿਲੀ ਰੂਮ ਦੇ ਦਰਵਿਚ ਦੋਹਾਂ ਪਾਸਿਆਂ ਦੀ ਝੁਗਾਟ ਨੂੰ ਫੜ ਕੇ ਖੜਾ ਹੋ ਗਿਆ ਜਿਵੇਂ ਆਪਣੇ ਡੈਡ ਨੂੰ ਅੰਦਰ ਲੰਘਣ ਦੀ ਖੁੱਲ ਨਾ ਦੇਣਾ ਚਾਹੁੰਦਾ ਹੋਵੇ ਹਾਊ ਡੇਅਰ ਯੂ ਡੈਡ ਹਾਊ ਕੈਨ ਯੂ ਸ਼ੋ ਯੋਰ ਫੇਸ ਟੂ ਅਸ ਹੈਵ ਯੂ ਨੋ ਸ਼ੇਮ ਉਹਨੇ ਸਵਾਲ ਆਪਣੇ ਡੈਡ ਦੇ ਮੱਥੇ 'ਚ ਪੰਥਰਾਂ ਵਾਂਗ ਮਾਰੇ ਡੈਡ ਨਹੀਂ ਬੋਲਿਆ ਸਿਰ ਸੁੱਟ ਕੇ ਖੜਾ ਦੇਖਦਾ ਸੁਣਦਾ ਰਿਹਾ ਪੈਰਾਂ ਨੂੰ ਬਦਲਦਾ ਰਿਹਾ ਉਹਨੇ ਮੁੰਡੇ ਨਾਲ ਅੱਖ ਵੀ ਨਾ ਮਲਾਈ ਮੈਂ ਜੈਸਨ ਨੂੰ ਪੁਚਕਾਰ ਕੇ ਆਖਿਆ ਜੈਸਨ ਬੈਠ ਤਾਂ ਲੈੰਦੇ ਫਿਰ ਗੱਲ ਵੀ ਕਰ ਲੈ ਗਿਲੇ ਸ਼ਿਕਵੇ ਵੀ ਪਤਾ ਤਾਂ ਲੱਗੇ ਔਨ ਦਾ ਕਾਰਨ ਨਹੀਂ ਮਾ ਮੈਂ ਟੇਕ ਨਹੀਂ ਕਰ ਸਕਦਾ ਤੁਸੀਂ ਇਹਨੂੰ ਅੰਦਰ ਕਿਵੇਂ ਵੜਨ ਦੇ ਸਕਦੇ ਹੋ ਕਿਦਾਂ ਭੁੱਲ ਸਕਦੇ ਹੋ ਆਪਣੀ ਪੇਨ ਤੇ ਫਿਰ ਇਹਦੇ ਆਉਣ ਦਾ ਕਾਰਨ ਕੋਈ ਵੀ ਹੋਵੇ ਜਿਸ ਨਿਮੋ ਨੂੰ ਵਟਾ ਜਿਆ ਦਿੰਦੇ ਆ ਆਖਿਆ ਬੱਚੇ ਮੈਂ ਕੁਛ ਨਹੀਂ ਭੁੱਲੀ ਸਭ ਚੇਤੇ ਹੈ ਮੈਨੂੰ ਮਿੰਟ ਮਿੰਟ ਚੇਤੇ ਹੈ ਪਰ ਬੰਦੇ ਨੂੰ ਬੋਲਣ ਦਾ ਚਾਂਸ ਵੀ ਦੇਣਾ ਚਾਹੀਦਾ ਹੈ ਉਹ ਦਰ ਤੇ ਆਇਆ ਮੈਂ ਜਿਸਨ ਨੂੰ ਠੰਡਾ ਕਰ ਦਿਆਂ ਕਿਹਾ ਵਾਟ ਐਵਰ ਆਖ ਤਾਂ ਜੇਸਨ ਲਿਵਿੰਗ ਰੂਮ ਚੋਂ ਪਾਸਾ ਮਾਰਦਾ ਹੋਇਆ ਗਾਰਡਨ ਵੱਲ ਨਿਕਲ ਗਿਆ ਮੈਂ ਨਜ਼ਰ ਹੀ ਨਜ਼ਰ ਉਹਦੀ ਪਿੱਠ ਨੂੰ ਕੋਲੋਸਦੀ ਆ ਮੈਂ ਵੀ ਜਾਣਦੀ ਆ ਕਿ ਜੇਸਨ ਜੋ ਆਖ ਰਿਹਾ ਸਹੀ ਹੈ ਜੇਸਨ ਦੇ ਕਮਰੇ ਚੋਂ ਬਾਹਰ ਜਾਂਦੇ ਪੌੜੀਆਂ ਵੱਲੋਂ ਸਮੀਨਾ ਦੇ ਸੈਂਡਲਾਂ ਦੀ ਠਿਪ ਠਿਪ ਨੇ ਮੇਰੀ ਸੋਚ ਫੇਰ ਤੋੜੀ ਸਮੀਨਾ ਹਾਲ ਚੋਂ ਹੀ ਬੋਲੀ ਮਮ ਮੈਂ ਜੱਲੀ ਮੈਂ ਇਸ ਗਾਏ ਨੂੰ ਦੇਖਣਾ ਨਹੀਂ ਮੰਗਦੀ ਤੇ ਉਹ ਦਰ ਠਾਹ ਕਰਕੇ ਮਾਰਦੀ ਹੋਈ ਚਲੀ ਗਈ ਰਹਿ ਗਈ ਮੈਂ ਫੈਮਿਲੀ ਰੂਮ ਦੇ ਦਰਮਿਆਨ ਖੜੀ ਬੀਤੇ ਅਤੇ ਬੀਤਣ ਵਾਲੇ ਦੇ ਵਿਚਾਲੇ ਵਿਛੇ ਰੇਗਿਸਤਾਨ 'ਚ ਉਹ ਰੇਗਿਸਤਾਨ ਜਿਸ 'ਤੇ ਸਾਡੀ ਸਾਂਝ ਦੇ ਫੁੱਲ ਕਦੇ ਖਿੜੇ ਹੀ ਨਹੀਂ ਚੱਲਦੇ ਵਕਤ ਵਿੱਚ ਜਿਹੜੀ ਸਾਂਝ ਪਈ ਉਹਦੇ ਦੋ ਫੁੱਲ ਸਾਂਭ ਕੇ ਮੈਂ ਪਾੜ ਲਏ ਉਹਨਾਂ ਨੂੰ ਤੇ ਮੈਂ ਆਪਣੀ ਮਮਤਾ ਨਾਲ ਸਿੰਜਦੀ ਰਹੀ ਸਾਂਭਦੀ ਰਹੀ ਸ਼ਾਇਦ ਮੇਰੀ ਦੁਬਿਧਾ ਵੇਖ ਕੇ ਕੁਲਦੀਪ ਨੇ ਆਖਿਆ ਨਿਆਣੇ ਸੱਚੀ ਹਨ ਪਰ ਉਹਨਾਂ ਨੂੰ ਮੈਨੂੰ ਇੱਕ ਚਾਂਸਾ ਦੇਣਾ ਚਾਹੀਦਾ ਇਹ ਲਫ਼ਜ਼ ਸੁਣ ਕੇ ਮੈਨੂੰ ਜਾਪਿਆ ਜਿਵੇਂ ਉਹਨੇ ਮੇਰੇ ਸੀਨੇ ਵਿੱਚ ਗੋਲੀ ਦਾਗ ਦਿੱਤੀ ਹੋਵੇ ਮੈਂ ਬਿਨਾਂ ਸੋਚੇ ਉੱਤਰ ਦੇ ਦਿੱਤਾ ਜਿੱਦਾਂ ਦਾ ਚਾਂਸ ਤੁਸੀਂ ਉਹਨਾਂ ਨੂੰ ਦਿੱਤਾ ਸੀ ਕੁਲਦੀਪ ਨਹੀਂ ਬੋਲਿਆ ਝੂਠਾ ਜਹ ਹੋ ਗਿਆ ਆਲਾ ਦੁਆਲਾ ਦੇਖਦਾ ਹੋਇਆ ਸੋਫੇ ਦੇ ਇੱਕ ਨੁੱਕਰੇ ਬੈਠ ਗਿਆ ਛੋਟੀ ਨੂੰ ਸੋਫੇ ਦੇ ਦੂਜੇ ਬੰਨੇ ਖੜੀ ਕਰ ਦਿੱਤਾ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਇਸ ਬੰਦੇ ਨਾਲ ਕਿਵੇਂ ਰਿਐਕਟ ਕਰਾਂ ਕੀ ਗੱਲ ਛੇੜਾਂ ਕਿਸ ਵਿਸ਼ੇ ਤੇ ਜ਼ਿੰਦਗੀ 'ਚ ਬੱਚਿਆਂ ਤੋਂ ਬਿਨਾ ਕੁਝ ਵੀ ਸਾਡਾ ਸਾਂਝਾ ਨਹੀਂ ਸੀ ਉਹ ਵੀ ਖੂਨ ਦਾ ਰਿਸ਼ਤਾ ਉਸ ਰਿਸ਼ਤੇ ਵਿੱਚ ਵੀ ਇਹਨੇ ਬੱਚਿਆਂ ਨੂੰ ਮੇਰੀ ਕੱਖ 'ਚ ਬੀਜ ਪਾਉਣ ਤੋਂ ਬਿਨਾ ਹੋਰ ਕੋਈ ਯੋਗਦਾਨ ਨਹੀਂ ਸੀ ਪਾਇਆ ਬੱਚੇ ਕਿਸ ਤਰ੍ਹਾਂ ਪੜੇ ਵੱਡੇ ਹੋਏ ਪੜੇ ਜਾਂ ਉਹਨਾਂ ਨੂੰ ਬਾਪ ਦੇ ਪਿਆਰ ਦੀ ਤਲਬ ਹੋਈ ਜਾਂ ਨਹੀਂ ਇਹਨੂੰ ਕੋਈ ਨਹੀਂ ਸੀ ਪਤਾ ਉਹਨਾਂ ਦੀਆਂ ਰੀਝਾਂ ਖੁਆਇਸ਼ਾਂ ਚਾਹਤਾਂ ਬਾਰੇ ਇਹਨੂੰ ਕੋਈ ਗਿਆਨ ਨਹੀਂ ਸੀ ਇਹ ਤਾਂ ਕਰ ਰਿਆ ਹੀ ਨਹੀਂ ਸੀ ਜੇ ਕਰ ਰਹਿੰਦਾ ਵੀ ਤਾਂ ਸਪੀਰੂ ਮੇਰੇ ਰਾਤ ਕੱਟ ਕੇ ਚਲਾ ਜਾਂਦਾ ਤੇ ਮੈਂ ਟੱਕਦੀ ਰਹਿੰਦੀ ਇਹਦੇ ਕਾਰਨਾਂ ਮੈਂ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਚੇਤੇ ਸੀ ਜੇਸਨ 6 ਸਤੰਬਰ ਨੂੰ ਬਰਿਆਂ ਦਾ ਸੀ। ਕੁਲਦੀਪ ਦਾ ਇੱਕ ਗੋਰਾ ਦੋਸਤ ਸਾਡੇ ਘਰ 2 ਦਿਨ ਰਹਿਣ ਆ ਗਿਆ। ਕਈ ਦੋਸਤ ਪਹਿਲਾਂ ਵੀ ਰਹਿਣ ਆ ਜਾਂਦੇ ਸਨ। ਕੁਲਦੀਪ ਤੇ ਮੰਮੀ ਜੀ ਉਹਨਾਂ ਨੂੰ ਆਪਣੇ ਪੁੱਤ ਵਾਂਗ ਹੀ ਪਿਆਰ ਦੀ ਦੁਲਾਰਦੀ ਸੀ। ਉਹ ਇੰਡੀਅਨ ਮੁੰਡੇ ਹੁੰਦੇ ਸਨ। ਇਹ ਪਹਿਲੀ ਵਾਰ ਸੀ ਜਦੋਂ ਕੋਈ ਗੋਰਾ ਸਾਡੇ ਘਰ ਰਹਿਣ ਆਇਆ ਸੀ। ਕੁਲਦੀਪ ਨੂੰ ਭਾਵੇਂ ਬੱਚਿਆਂ ਨਾਲ ਬਹੁਤਾ ਲਗਾਰ ਨਹੀਂ ਸੀ ਪਰ ਜੇਸਨ ਦੇ ਮਨ ਦੀ ਤਲਬ ਆਪਣੇ ਬਾਪ ਲਈ ਹਮੇਸ਼ਾ ਬੇਬਲ ਹੋਈ ਰਹਿੰਦੀ ਸੀ ਉਹ ਕੁਲਦੀਪ ਨਾਲ ਗਾਰਡਨ 'ਚ ਫੁੱਟਬਾਲ ਖੇਡਣਾ ਚਾਹੁੰਦਾ ਬਾਹਰ ਜਾਣਾ ਚਾਹੁੰਦਾ ਮੂਵੀ ਦੇਖਣਾ ਚਾਹੁੰਦਾ ਪਰ ਕੁਲਦੀਪ ਆਪਣੀਆਂ ਸੋਚਾਂ 'ਚ ਹੀ ਰਹਿੰਦਾ ਸੀ ਇਹਦੀ ਦੁਨੀਆ ਹੀ ਵੱਖਰੀ ਸੀ ਕਿਸੇ ਨਾਲ ਇਹਦੀ ਸਾਂਝ ਹੀ ਨਹੀਂ ਸੀ ਇਹ ਆਪਣੇ ਬੀਤੇ ਬਚਪਨ 'ਚੋਂ ਨਿਕਲਦਾ ਹੀ ਨਹੀਂ ਸੀ ਹਰ ਵੇਲੇ ਆਪਣੇ ਬਚਪਨ ਦੀਆਂ ਐਸੀਆਂ ਯਾਦਾਂ ਦੀ ਮਕਾਨ ਲੈ ਕੇ ਬੈਠਾ ਰਹਿੰਦਾ ਸੀ ਜਿਨ੍ਹਾਂ ਦਾ ਉੱਤਰ ਜਾਂ ਹੱਲ ਕਿਸੇ ਕੋਲ ਨਹੀਂ ਸੀ ਕੱਲਾਪੁੱਤ ਸੀ ਕਹਿੰਦੇ ਹਨ ਕੁਲਦੀਪ ਦੇ ਡੈਡ ਬਹੁਤ ਸਿਆਣੇ ਸਮਝਦਾਰ ਬੰਦੇ ਸਨ ਮਿਹਨਤੀ ਸਿਹੜੀ ਇਨਸਾਨ ਸਨ ਪਰ ਮਾਂ ਆਪਣੀਆਂ ਹੀ ਚਲਾਕੀਆਂ ਤੇ ਰਹਿੰਦੀ ਸੀ ਇਹਦੀ ਮਾਂ ਨੇ ਪਿਛਲੀ ਜ਼ਮੀਨ ਦੀ ਖਾਤਰ ਸਾਰੇ ਟੱਬਰ ਨੂੰ ਆਪੋਂ ਵਿੱਚ ਹੀ ਤੋੜ ਦਿੱਤਾ ਸੀ ਇਹਦੇ ਡੈਡ ਕਹਿੰਦੇ ਸਨ ਕਿ ਅਸੀਂ ਤਾਂ ਬਾਹਰ ਆ ਗਏ ਆ ਚੰਗੀ ਰੋਟੀ ਖਾਣੇ ਆ ਕਮਾਉਣੇ ਆ ਪਰ ਜਿਹੜੇ ਪਿਛਲੇ ਭਰਾ ਹਨ ਜੇਕਰ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕੇ ਤਾਂ ਘੱਟੋ ਘੱਟ ਜ਼ਮੀਨ ਉਹਨਾਂ ਕੋਲ ਵਾਈ ਲਈ ਰਹਿਣ ਦੇਣੀ ਚਾਹੀਦੀ ਹੈ ਪਰ ਮੰਮੀ ਜੀ ਨੂੰ ਇਹ ਮਨਜ਼ੂਰ ਨਹੀਂ ਸੀ ਉਹਨੇ ਮੁਖਤਿਆਰਨਾਮਾ ਆਪਣੇ ਵੱਡੇ ਭਰਾ ਗੁਰਬੀਰ ਸਿੰਘ ਨੂੰ ਭੇਜ ਦਿੱਤਾ ਉਹੀ ਹਾਲੇ ਪੌਲੀ ਤੇ ਜ਼ਮੀਨ ਦਿੰਦਾ ਤੇ ਉਹੀ ਸਾਰੀ ਵਟਪਟਾਈ ਸੰਭਾਲਦਾ ਉਹ ਕੁਝ ਸਾਲ ਤਾਂ ਜ਼ਮੀਨ ਦਾ ਲੇਖਾ ਹਿਸਾਬ ਦਿੰਦਾ ਰਿਹਾ ਪਰ ਫਿਰ ਉਹਨੇ ਜਿਵੇਂ ਸਾਰੀ ਜ਼ਮੀਨ ਹੀ ਹਜ਼ਮ ਕਰ ਲਈ ਮੁਖਤਿਆਰਨਾਮੇ ਦਾ ਫਾਇਦਾ ਉਹਨੇ ਪੂਰਾ ਉਠਾ ਲਿਆ ਸੀ ਇਸ ਗੱਲ ਦਾ ਘਰ ਹਮੇਸ਼ਾ ਕਲੇਸ਼ ਰਹਿੰਦਾ ਮਾਂ ਪਿਓ ਤੇ ਇਸ ਕਲੇਸ਼ ਕੁਲਦੀਪੀ ਹੁੰਦਾ ਜਦੋਂ ਮਾਂ ਪਿਓ ਦੀ ਲੜਾਈ ਹੁੰਦੀ ਤਾਂ ਇੱਕ ਦੂਜੇ ਤੇ ਚਿੱਕੜ ਵੀ ਸੁੱਟਿਆ ਜਾਂਦਾ ਹੁੰਣਾ ਮੰਮੀ ਜੀ ਦੀ ਤੇਜ਼ ਤਰਾਰ ਜ਼ੁਬਾਨ ਜੋ ਨਾ ਜੋ ਨਾ ਸੋ ਬੋਲ ਦਿੰਦੀ ਹਣੀ ਹੈ ਕੁਲਦੀਪ ਹੀ ਦੱਸਦਾ ਹੁੰਦਾ ਸੀ ਕਿ ਉਹਨੂੰ ਚੰਗੀ ਤਰ੍ਹਾਂ ਚੇਤੇ ਹੈ ਜਦੋਂ ਇੱਕ ਦਿਨ ਮੰਮੀ ਜੀ ਨੇ ਸਿਰੇ ਦੀ ਗੱਲ ਡੈਡੀ ਜੀ ਨੂੰ ਆਖ ਦਿੱਤੀ ਸੀ ਕਿ ਜੱਟਾ ਕੁਲਦੀਪ ਤੇਰਾ ਪੁੱਤ ਹੈ ਹੀ ਨਹੀਂ ਜੈਸਨ ਕੁਲਦੀਪ ਨੇ ਮੈਨੂੰ ਇਹ ਸਭ ਦੱਸਿਆ ਸੀ ਤਾਂ ਇਹਦੀ ਹਿੱਟ ਕੋਰੀਆ ਨਾਲ ਅੰਬਰੀਂ ਛੇਕ ਹੋਣ ਵਾਲਾ ਹੋ ਗਿਆ ਸੀ ਮੈਂ ਇਹਦੇ ਦਰਦ ਨੂੰ ਸਮਝਣ ਵੀ ਲੱਗ ਪਈ ਸਾਂ ਬਥੇਰਾ ਮੈਂ ਕਿਹਾ ਸਮਝਾਇਆ ਕਿ ਬੀਤ ਚੁੱਕੀ ਤੇ ਮਿੱਟੀ ਪਾ ਦੇ ਪਰ ਕਿੱਥੇ ਕੁਲਦੀਪ ਨਿਤ ਦਿਨ ਉਸ ਘੜੀ ਦਾ ਰੋਣਾ ਲੈ ਕੇ ਬੈਠ ਜਾਂਦਾ ਆਪਣੀ ਪਛਾਣ ਨੂੰ ਹਰ ਚਿਹਰੇ 'ਚ ਭਾਲਦਾ ਰਹਿੰਦਾ ਹਰ ਦੂਜੇ ਆਦਮੀ ਦੇ ਨਕਸ਼ ਆਪਣੇ ਅੰਚ ਲੱਭਦਾ ਕੁਲਦੀਪ ਦੱਸਦਾ ਹੁੰਦਾ ਸੀ ਕਿ ਡੈਡੀ ਜੀ ਹਰ ਲੜਾਈ ਝੱਲ ਸਕਦੇ ਸਨ ਪਰੇਸ ਗੱਲ ਨੇ ਉਹਨਾਂ ਦੀ ਰੂਹ ਛਲਨੀ ਛਲਨੀ ਕਰ ਦਿੱਤੀ। ਜ਼ਿੰਦਗੀ ਜੀਣ ਲਈ ਉਹਨਾਂ ਦਾ ਉਤਸ਼ਾਹ ਮਰ ਗਿਆ। ਉਹ ਪੀਣ ਵੀ ਤਾਂ ਵੱਧ ਲੱਗ ਗਏ ਸਨ ਤੇ ਫਿਰ ਇੱਕ ਦਿਨ ਘਰ ਦੇ ਕਲੇਸ਼ ਤੋਂ ਤੰਗ ਆ ਕੇ ਉਹ ਸਵੇਰੇ ਰੇਲ ਦੀ ਪਟੜੀ ਤੇ ਜਾ ਲੰਮੇ ਪਈ। ਟ੍ਰਾਂਟੋ ਦੀ ਸਟੀਲ ਐਵੇਨਿਊ ਦੇ ਨਾਲ-ਨਾਲ ਜਾਂਦੀ ਰੇਲਵੇ ਲਾਈਨ 'ਤੇ ਹਜ਼ਾਰਾਂ ਬੰਦੇ ਇਕੱਠੇ ਹੋ ਗਏ ਸਨ। ਕਿਸੇ ਭਾਰਤੀ ਬੰਦੇ ਵੱਲੋਂ ਇਸ ਤਰ੍ਹਾਂ ਦਾ ਕਦਮ ਸਾਰੀ ਕਮਿਊਨਿਟੀ ਲਈ ਚਿੰਤਾ ਦਾ ਕਾਰਨ ਬਣ ਗਿਆ ਸੀ। ਕੁਲਦੀਪ ਕਹਿੰਦਾ ਸੀ ਕਿ ਮੰਮੀ ਜੀ ਨੂੰ ਇਸ ਛਟਕੇ ਦਾ ਬਹੁਤ ਫਰਕ ਨਹੀਂ ਸੀ ਪਿਆ ਲੋਕੀ ਆਉਂਦੇ ਬੋੜੀਆਂ ਪਾਉਂਦੇ ਪੁੱਤ ਜਵਾਨ ਹੁੰਦੇ ਨੂੰ ਨਾ ਦੇਖ ਸਕਣ ਬਾਰੇ ਗੱਲਾਂ ਕਰਦੇ ਆਉਣ ਵਾਲੇ ਦਿਨਾਂ ਦੀ ਚਿੰਤਾ ਕਰਦੇ ਪਰ ਮੰਮੀ ਜੀ ਪਾਗਲਾ ਵਾਂਗ ਪੁੱਟ-ਪੁੱਟ ਗੱਲਾਂ ਕਰਦੀ ਰਹੀ ਧੰਨਵਾਦ ਚਲਦਾ